ਜੇ ਮੈਂ ਆਪਣੇ ਸਾਰੇ ਸਫਰ ਤੇ ਸਾਰੀ ਜਰਨੀ ਜਿਹੜੀ ਥੋੜੀ ਬਹੁਤ ਸਕਸੈਸ ਮੈਨੂੰ ਮਿਲੀ ਆ ਇਹ ਸਭ ਚੀਜ਼ ਦਾ ਕ੍ਰੈਡਿਟ ਇੱਕ ਚੀਜ਼ ਨੂੰ ਦੇਣਾ ਚਾਹੁੰਗਾ ਤਾਂ ਇੱਕ ਕੋਰਟ ਸੀਗੀ ਜਿਹੜੀ ਮੈਂ ਮਤਲਬ ਵੀ 2019 ਚ ਪੜ੍ਹੀ ਸੀਗੀ ਜੁਡੀਸ਼ਰੀ ਦੀ ਕੋਚਿੰਗ ਮੈਂ ਲੈ ਰਿਆ ਸੀਗਾ ਉੱਥੇ ਬੈਠਾ ਹਲੇ ਸਰ ਨਹੀਂ ਆ ਰਹੇ ਸੀ ਸਰ ਨਹੀਂ ਆਏ ਸੀਗੇ ਤੇ ਇੰਸਟਾਗ੍ਰam ਮੈਂ ਸਕਰੋਲ ਕਰ ਰਿਹਾ ਸੀਗਾ ਤੇ ਇੱਕ ਕੋਟ ਮੈਂ ਪੜ੍ਹੀ ਸੀਗੀ ਜਿਹਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਉਹ ਇੱਕ ਲਾਈਨ ਨੇ ਉਹ ਇੱਕ ਫਰੇਜ਼ ਨੇ ਮੇਰੀ ਜ਼ਿੰਦਗੀ ਕੰਪਲੀਟਲੀ ਚੇਂਜ ਕਰ ਦਿੱਤੀ ਤੇ ਅੱਜ ਮੈਂ ਜਿੱਥੇ ਵੀ ਆਂ ਉਹ ਲਾਈਨ ਕਰਕੇ ਆ ਠੀਕ ਹੈ ਕੋਟ ਦੱਸਿਆ ਕੀ ਸੀਗੀ ਪੀਪਲ ਹੂ ਆਰ ਲੈਸ ਕੁਆਲੀਫਾਈਡ ਦਨ ਯੂ ਆਰ ਡੂਇੰਗ ਦ ਥਿੰਗਸ ਦੈਟ ਯੂ ਵਾਂਟ ਟੂ ਡੂ ਇਨ ਲਾਈਫ ਜਸਟ ਬਿਕਾਉਜ਼ ਦੇ ਬੀਲੀਵ ਇਨ ਥੈਮਸੈਲਫ ਮਤਲਬ ਵੀ ਉਹ ਲੋਕ ਜਿਨ੍ਹਾਂ ਨੂੰ ਤੁਹਾਡੇ ਤੋਂ ਬਹੁਤ ਘੱਟ ਆਂਦਾ ਜ਼ਿੰਦਗੀ 'ਚ ਉਹ ਚੀਜ਼ਾਂ ਕਰ ਰਹੇ ਨੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਜ਼ਿੰਦਗੀ 'ਚ ਸਿਰਫ ਇਸ ਲਈ ਕਿਉਂਕਿ ਉਹ ਆਪਣੇ ਆਪ 'ਚ ਬਲੀਫ ਕਰਦੇ ਨੇ ਉਹ ਆਪਣੇ ਆਪ 'ਚ ਯਕੀਨ ਰੱਖਦੇ ਨੇ ਉਹ ਆਪਣੇ ਆਪ ਤੇ ਡਾਊਟ ਨਹੀਂ ਕਰਦੇ ਲਾਈਕ ਮਤਲਬ ਵੀ ਉਹ ਚੀਜ਼ ਪੜ੍ਹ ਕੇ ਨਾ ਮੈਂ ਕਿਹਾ ਵੀ ਯਾਰ ਕੀ ਬਾਤ ਹੈ ਹਨਾ ਵੀਰ ਮੈਂ ਉਦੋਂ ਨਾ ਫਿਟਨੈਸ 'ਚ ਬਹੁਤ ਸੀਗਾ ਠੀਕ ਹੈ ਮੈਂ ਜਿਮ ਵਗੈਰਾ ਕਰਦਾ ਹੁੰਦਾ ਸੀਗਾ ਫਿਟਨੈਸ ਤੇ ਮੈਨੂੰ ਵਧੀਆ ਨੌਲੇਜ ਸੀਗੀ ਮੇਰੇ ਦੋਸਤਾਂ ਵਗੈਰਾ ਨੂੰ ਮੈਂ ਟਰਾਂਸਫਾਰਮ ਕੀਤਾ ਸੀਗਾ ਉਹਨਾਂ ਦੇ ਫੈਟ ਲੌਸ ਵਗੈਰਾ ਕਰਵਾਈ ਸੀਗੀ ਤਾਂ ਮੈਂ ਇੰਸਟਾਗ੍ਰam ਤੇ ਦੇਖਦਾ ਹੁੰਦਾ ਸੀਗਾ ਵੀ ਲੋਕ ਆਨਲਾਈਨ ਕੋਚਿੰਗ ਦੇ ਕੇ ਆਨਲਾਈਨ ਟ੍ਰੇਨਿੰਗ ਦੇ ਕੇ ਲੱਖਾਂ ਰੁਪਏ ਕਮਾ ਰਹੇ ਨੇ ਮਹੀਨੇ ਦੇ ਠੀਕ ਆ ਤੇ ਮੈਂ ਦੇਖਦਾ ਹੁੰਦਾ ਸੀਗਾ ਜਿਹੜੀ ਉਹ ਵੀਡੀਓਸ ਵਗੈਰਾ ਸ਼ੇਅਰ ਕਰਦੇ ਹੁੰਦੇ ਸੀ ਯਾਰ ਵੀ ਇਹਨੂੰ ਤਾਂ ਯਾਰ ਇੰਨਾ ਘੱਟ ਆਂਦਾ ਠੀਕ ਆ ਮੈਨੂੰ ਇਹ ਤੋਂ ਜ਼ਿਆਦਾ ਆਂਦਾ ਬਟ ਮਤਲਬ ਵੀ ਕੋਸ਼ਨ ਇਹ ਨਹੀਂ ਹੈ ਕਵਿਸ਼ਨ ਇਹੀ ਆ ਵੀ ਕਿਨੇ ਸਟਾਰਟ ਕੀਤਾ ਠੀਕ ਆ ਮੈਂ ਕਿਹਾ ਵੀ ਮੈਂ ਇਹ ਸਾਰੀ ਨੌਲੇਜ ਲੈ ਕੇ ਬੈਠਾ ਇੱਥੇ ਟਿਊਸ਼ਨ ਦੀ ਤਿਆਰੀ ਕਰ ਰਿਹਾ ਕੋਈ ਪੈਸੇ ਨਹੀਂ ਕਮਾ ਰਿਹਾ ਉਹ ਚੀਜ਼ ਦੀ ਤਿਆਰੀ ਕਰ ਰਿਹਾ ਜਿਹੜੀ ਮੈਂ ਕਰਨਾ ਹੀ ਨਹੀਂ ਚਾਹੁੰਦਾ ਜ਼ਿੰਦਗੀ 'ਚ ਤੇ ਉਹ ਬੰਦੇ ਉੱਥੇ ਬੈਠੇ ਇੰਸਟਾਗ੍ਰam 'ਤੇ ਪੈਸੇ ਕਮਾ ਰਹੇ ਨੇ ਉਹ ਚੀਜ਼ਾਂ ਕਰ ਰਹੇ ਨੇ ਸਾਰੀਆਂ ਜਿਹੜੀ ਮੈਂ ਕਰਨਾ ਚਾਹੁੰਦਾ ਜ਼ਿੰਦਗੀ 'ਚ ਪੈਸੇ ਕਮਾਉਣਾ ਚਾਹੁੰਦਾ ਹੋਰ ਚੀਜ਼ਾਂ ਫਿਟਨੈਸ ਦੇ ਨਾਲ ਮਤਲਬ ਵੀ ਕੁਝ ਕਰਨਾ ਚਾਹੁੰਦਾ ਤੇ ਉਹ ਤਾਂ ਕਰ ਰਹੇ ਨੇ ਕਿਉਂਕਿ ਉਹ ਆਪਣੇ ਆਪ 'ਤੇ ਯਕੀਨ ਕਰਦੇ ਨੇ ਮੈਂ ਤਾਂ ਨਹੀਂ ਕਰ ਰਿਹਾ ਕਿਉਂਕਿ ਮੈਂ ਆਪਣੇ ਆਪ 'ਚ ਯਕੀਨ ਨਹੀਂ ਕਰਦਾ ਮੈਨੂੰ ਐਂ ਲੱਗ ਜਾਂਦਾ ਯਾਰ ਵੀ ਮੈਨੂੰ ਹਲੇ ਐਂਦਾ ਆਂਦਾ ਨਹੀਂ ਹੈਗਾ ਹਲੇ ਮੈਂ ਇਨਾ ਪ੍ਰੋਪਰ ਨਹੀਂ ਸਿੱਖਿਆ ਹਲੇ ਮੈਨੂੰ ਐਨੀ ਨੌਲੇਜ ਨਹੀਂ ਹੈਗੀ ਬਟ ਉਹ ਤਾਂ ਕਰੀ ਜਾਂਦੇ ਨੇ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਸਭ ਕੁਝ ਆਂਦਾ ਤਾਂ ਉਹ ਸਫਰ ਤੇ ਨਿਕਲਦੇ ਨੇ ਤੇ ਜਿਹੜਾ ਕੁਝ ਉਹਨਾਂ ਨੂੰ ਨਹੀਂ ਆਂਦਾ ਉਹ ਰਸਤੇ 'ਚ ਸਿੱਖਦੇ ਜਾਂਦੇ ਨੇ ਤਾਂ ਉਹਨਾਂ ਨੇ ਸ਼ੁਰੂ ਕਰ ਲਿਆ ਠੀਕ ਆ ਨੌਲੇਜ ਦਾ ਫਰਕ ਨਹੀਂ ਆਇਆ ਇੱਥੇ ਕਿਹੜਾ ਜ਼ਿਆਦਾ ਇੰਟੈਲੀਜੈਂਟ ਆ ਉਹ ਚੀਜ਼ ਦਾ ਫਰਕ ਨਹੀਂ ਆਇਆ ਇੱਥੇ ਸਿਰਫ ਇੱਕ ਚੀਜ਼ ਦਾ ਫਰਕ ਆਇਆ ਉਹ ਸ਼ੁਰੂ ਕਰ ਗਏ ਮੈਂ ਕੁਝ ਕੀਤਾ ਨਹੀਂ ਠੀਕ ਆ ਤੇ ਉਹ ਲਾਈਨ ਪੜ ਕੇ ਨਾ ਮੈਂ ਪਹਿਲਾ ਕੰਮ ਕਰੀ ਜਾ ਕੇ ਦੱਸਿਆ ਕੀ ਕੀਤਾ ਆਪਣਾ ਇੰਸਟਾਗ੍ਰam ਦੇ ਕਿ ਫਿਟਨੈਸ ਦਾ ਅਕਾਊਂਟ ਸਟਾਰਟ ਕੀਤਾ ਠੀਕ ਹੈ ਫਿਟਨੈਸ ਦਾ ਅਕਾਊਂਟ ਸਟਾਰਟ ਕੀਤਾ ਤੇ ਫਿਟਨੈਸ ਦਾ ਕੰਟੈਂਟ ਪਾਣਾ ਸਟਾਰਟ ਕੀਤਾ ਤੇ ਆਨਲਾਈਨ ਟ੍ਰੇਨਿੰਗ ਲੋਕਾਂ ਨੂੰ ਦੇਣੀ ਸਟਾਰਟ ਕੀਤੀ ਤੇ ਕੰਟੈਂਟ ਮਤਲਬ ਹੀ ਬਣਾਉਣ ਦੇ ਤਿੰਨ ਚਾਰ ਦਿਨਾਂ ਚ ਮੇਰਾ ਪਹਿਲਾ ਕਲਾਇੰਟ ਆ ਗਿਆ ਸੀਗਾ ਲਾਈਕ ਤੁਸੀਂ ਸੋਚ ਸਕਦੇ ਹੋ ਮੇਰੇ 100 ਫਾਲੋਅਰ ਵੀ ਨਹੀਂ ਸੀਗੇ ਤੇ ਮੈਂ 3000 ਰੁਪਏ ਕਮਾ ਲਏ ਸੀਗੇ ਇੱਕ ਕਲਾਇੰਟ ਤੋਂ ਤਿੰਨ ਚਾਰ ਦਿਨਾਂ ਦੇ ਵਿੱਚ ਤੁਸੀਂ ਦੇਖੋ ਯਾਰ ਮਤਲਬ ਵੀ ਕਿੰਨਾ ਈਜ਼ੀ ਸੀਗਾ ਮੇਰੀ ਨੌਲੇਜ ਨੂੰ ਯੂਜ਼ ਕਰਕੇ ਪੈਸਾ ਕਮਾਉਣਾ ਬਟ ਮੈਂ ਕਰ ਨਹੀਂ ਰਿਹਾ ਸੀਗਾ ਜਸਟ ਬਿਕੋਜ਼ ਮੈਨੂੰ ਆਇਂ ਲੱਗਦਾ ਸੀਗਾ ਵੀ ਮੈਨੂੰ ਇੰਨਾ ਨਹੀਂ ਆਉਂਦਾ ਹੈਗਾ ਜਿੰਨਾ ਚਾਹੀਦਾ ਸਟਾਰਟ ਕਰਨ ਵਾਸਤੇ ਬਟ ਸਟਾਰਟ ਕਰਨ ਵਾਸਤੇ ਥੋੜਾ ਜਣਾ ਇਨਾਫ ਆ ਜ਼ਿਆਦਾ ਆਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਆ ਤਾਂ ਮੇਰੀ ਸਾਰੀ ਸਫਰ ਮੇਰੀ ਸਾਰੀ ਜਰਨੀ ਉਹ 3000 ਰੁਪਏ ਨੇ ਬਦਲਤੀ ਠੀਕ ਆ ਜਦ ਮੈਂ ਉਹ 3000 ਰੁਪਏ ਕਮਾ ਲੇ ਨਾ ਮੈਨੂੰ ਆਇਂ ਸੀਗਾ ਵੀ ਮੈਂ ਜ਼ਿੰਦਗੀ ਚ ਪੈਸੇ ਕਮਾ ਸਕਦਾ ਠੀਕ ਆ ਮੈਂ ਭੁੱਖਾ ਨਹੀਂ ਮਰੂੰਗਾ ਲੈਕ ਮੇਰੇ ਚੰਨਾ ਕੇ ਟੈਲੈਂਟ ਹੈਗਾ ਵੀ ਮੈਂ ਇਹ ਚੀਜ਼ ਕਰ ਸਕਦਾ ਮੈਂ ਇਹ ਚੀਜ਼ ਕਰ ਲੂੰਗਾ ਠੀਕ ਹੈ ਤਾਂ ਉਹ ਇੱਕ ਲਾਈਨ ਨੇ ਉਥੋਂ ਮੇਰੀ ਜਰਨੀ ਸਟਾਰਟ ਕੀਤੀ ਇੰਸਟਾਗ੍ਰਾਮ ਤੋਂ ਮੈਂ ਪੈਸੇ ਕਮਾਏ ਫਿਰ YouTube ਬਣਾਇਆ ਫਿਟਨੈਸ ਤਾਂ ਉਹ ਨਹੀਂ ਚਲਦਿਆ ਫਿਰ ਹੋਰ ਚੀਜ਼ਾਂ ਕੀਤੀਆਂ ਕਰਦੇ ਕਰਾਉਂਦੇ ਡੇਰੀ ਫਾਰਮ ਤੱਕ ਆਏ ਕੰਟੈਂਟ ਮਤਲਬ ਹੀ ਬਣਾ ਰਿਹਾ ਹੁਣ ਸਭ ਕੁਝ ਜੋ ਵੀ ਕਰ ਰਿਹਾ ਉਥੋਂ ਸਟਾਰਟ ਹੋਇਆ ਸੀਗਾ ਜਿਉਂ ਕੋਰਟ ਮੇ ਨਾ ਪੜਦਾ ਇੰਸਟਾਗ੍ਰਾਮ ਦਾ ਅਕਾਊਂਟ ਨਾ ਸਟਾਰਟ ਕਰਦਾ ਪੈਸੇ ਕਮਾਣੇ ਨਾ ਸਟਾਰਟ ਕਰਦਾ ਤਾਂ ਕੀ ਪਤਾ ਮੈਂ ਹਲੇ ਵੀ ਉੱਥੇ ਜੁਡੀਸ਼ਰੀ ਦੀ ਕੋਚਿੰਗ ਕਰ ਰਿਹਾ ਹੁੰਦਾ ਹਲੇ ਵੀ ਸ਼ਾਇਦ ਮੇ ਤੋਂ ਪੇਪਰ ਨਾ ਕਲੀਅਰ ਹੋਇਆ ਹੁੰਦਾ 2019 ਤੋਂ 2024 ਤੱਕ ਕੀ ਪਤਾ ਹਲੇ ਵੀ ਮੈਂ ਤਿਆਰੀ ਕਰ ਰਿਹਾ ਹੁੰਦਾ ਤੇ ਮੇਰੇ ਕਾਫੀ ਐਸੇ ਮਤਲਬੀ ਜਾਣਕਾਰ ਹੈਗੇ ਨੇ ਕਾਫੀ ਅਨੇਕ ਲਾਸ ਤੇ ਬੱਚੇ ਸੀਗੇ ਜਿਹੜੇ ਹਲੇ ਵੀ ਤਿਆਰੀ ਕਰ ਰਹੇ ਨੇ ਜਿਨ੍ਹਾਂ ਦਾ ਵਿਚਾਰੇ ਨੇ ਹਲੇ ਪੇਪਰ ਨਹੀਂ ਨਿਕਲੇ 4 ਸਾਲ ਹੋ ਗਏ 5 ਸਾਲ ਹੋ ਗਏ ਤਿਆਰੀ ਕਰਦੇ ਨੂੰ ਤੇ ਹੈਗੇ ਨੇ ਠੀਕ ਹੈ ਤੇ ਉਹਨਾਂ ਦਾ ਵੀ ਮਿਹਨਤ ਦਾ ਮੁੱਲ ਪਾਊਗਾ ਉਹ ਵੀ ਕਰ ਜਾਣਗੇ ਕਲੀਅਰ ਮੈਨੂੰ ਪਤਾ ਵੀ ਸਾਰੇ ਕਾਬਿਲ ਨੇ ਤੇ ਹੋ ਜੂਗਾ ਉਹਨਾਂ ਦਾ ਕੁਛ ਨਾ ਕੁਛ ਜ਼ਿੰਦਗੀ 'ਚ ਤੇ ਵਧੀਆ ਹੀ ਕਰਨਗੇ ਜੋ ਹੁੰਦਾ ਵਧੀਆ ਵਾਸਤੇ ਹੀ ਹੁੰਦਾ ਬਟ ਉਹ ਇੱਕ ਲਾਈਨ ਨੇ ਉਹ ਇੱਕ ਸਟੈਪ ਲੈਣ ਨੇ ਮੇਰੀ ਜ਼ਿੰਦਗੀ ਚੇਂਜ ਕਰਤੀ ਉਹ ਕੋਰਸ ਨੇ ਮੇਰੀ ਜ਼ਿੰਦਗੀ ਚੇਂਜ ਕਰਤੀ ਉਹ ਪਹਿਲੇ 3000 ਰੁਪਏ ਨੇ ਮੇਰੀ ਜ਼ਿੰਦਗੀ ਚੇਂਜ ਕਰਤੀ ਇੱਕ ਮਹੀਨੇ ਦਾ ਮੈਂ ਚਾਰਜ ਕੀਤਾ ਸੀ ਉਹਨੂੰ 3000 ਰੁਪਏ ਲਾਇਕ ਮਤਲਬ ਵੀ ਇੱਕ ਮਹੀਨੇ ਦੀ ਆਨਲਾਈਨ ਟ੍ਰੇਨਿੰਗ ਦੇ ਮੈਂ 3000 ਰੁਪਏ ਲਿੱਤੇ ਸੀ ਉਹ ਬੰਦੇ ਤੋਂ ਕੈਨੇਡਾ ਦਾ ਕਲਾਇੰਟ ਸੀਗਾ ਠੀਕ ਆ ਤਾ ਮਤਲਬ ਵੀ ਡਾਲਰਾਂ ਜਿਕੇ ਕਮਾਰੇ ਸੀਗਾ ਮੈਂ ਸਟਾਰਟ ਕਰਕੇ ਤਾਂ ਯਾਰ ਮਤਲਬ ਵੀ ਜਿਹੜੀ ਵੀ ਥੋੜੀ ਨੌਲੇਜ ਹੈਗੀ ਹੈ ਨਾ ਤੁਸੀਂ ਆਪਣੀ ਨੌਲੇਜ ਨੂੰ ਯੂਜ਼ ਕਰਕੇ ਪੈਸੇ ਕਮਾ ਸਕਦੇ ਹੋ ਬਟ ਤੁਸੀਂ ਨਹੀਂ ਕਮਾਰੇ ਕਿਉਂਕਿ ਤੁਹਾਨੂੰ ਆਏ ਲੱਗਦਾ ਵੀ ਮੈਨੂੰ ਹਲੇ ਬਹੁਤ ਨਹੀਂ ਆਂਦਾ ਬਟ ਬਹੁਤ ਐਸੇ ਬੰਦੇ ਨੇ ਜਿਨ੍ਹਾਂ ਤੋਂ ਤੁਹਾਨੂੰ ਬਹੁਤ ਘੱਟ ਆਂਦਾ ਤੇ ਤੁਹਾਡੀ ਨੌਲੇਜ ਲਈ ਪੈਸੇ ਦੇਣ ਨੂੰ ਤਿਆਰ ਨੇ ਤਾਨੂੰ ਵੀਡੀਓ ਐਡੀਟਿੰਗ ਆਉਂਦੀ ਆ ਕੋਈ ਨਾ ਕੋਈ ਬੰਦਾ ਐਸਾ ਹੋਊਗਾ ਜਿਹੜਾ ਤੁਹਾਡੇ ਸਕਿੱਲਜ਼ ਵਾਸਤੇ ਤੁਹਾਡੇ ਟੈਲੈਂਟ ਵਾਸਤੇ ਤੁਹਾਡੇ ਸਰਵਿਸਿਜ਼ ਵਾਸਤੇ ਤੁਹਾਨੂੰ ਪੈਸੇ ਦੇਣ ਨੂੰ ਤਿਆਰ ਆ ਵੀਡੀਓ ਐਡਿਟ ਕਰਾ ਕੇ ਤੁਹਾਨੂੰ ਕੀ ਪਤਾ 100 ਰੁਪਏ ਦੇ ਦੇਵੇ 50 ਰੁਪਏ ਦੇ ਦੇਵੇ 10 ਰੁਪਏ ਵੀ ਕਮਾ ਲੈਣਾ ਪਹਿਲਾ ਰੁਪਈਆ ਕਮਾਣਾ ਔਖਾ ਹੁੰਦਾ ਪਹਿਲੇ ਤੋਂ 10 ਤੇ ਜਾਣਾ 10 ਤੋਂ 100 ਤੇ ਜਾਣਾ 100 ਤੋਂ 1000 ਤੇ ਜਾਣਾ ਬਹੁਤ ਸੌਖਾ ਕੰਮ ਆ ਠੀਕ ਆ ਜਿਹਨੇ ਪਹਿਲਾ ਰੁਪਿਆ ਕਮਾ ਲਿਆ ਉਹ ਜ਼ਿੰਦਗੀ ਸਭ ਕੁਝ ਕਰ ਲੂਗਾ ਜੇ ਤੁਹਾਨੂੰ ਉਸੇ ਜਿਮ ਵਗੈਰਾ ਕਰਦੇ ਹੋ ਤੁਹਾਨੂੰ ਫਿਟਨੈਸ ਦੀ ਨੌਲੇਜ ਆ ਲੇਕਿ ਰਿਜ਼ਲਟ ਬੋਲਦੇ ਨੇ ਠੀਕ ਆ ਆਪਣਾ ਪਹਿਲਾ ਕਲਾਇੰਟ ਲੈ ਕੇ ਆਓ ਭਾਵੇਂ ਫ੍ਰੀ ਚ ਉਹਨੂੰ ਮਤਲਬ ਵੀ ਸਰਵਿਸਿਸ ਦੇਵੋ ਸਪੋਜ਼ ਕਰੋ ਤੁਹਾਨੂੰ ਜਿਮ ਦੀ ਨੌਲੇਜ ਆ ਠੀਕ ਆ ਤੁਸੀਂ ਕੰਟੈਂਟ ਬਣਾਉਣਾ ਸਟਾਰਟ ਕਰੋ ਸਭ ਤੋਂ ਪਹਿਲਾਂ ਨਾ ਇੰਸਟਾਗ੍ਰam ਸਟਾਰਟ ਕਰੋ ਕੰਟੈਂਟ ਬਣਾਉਣਾ ਸਟਾਰਟ ਕਰੋ ਭਾਵੇਂ ਪਹਿਲਾ ਕਲਾਇੰਟ ਫ੍ਰੀ ਦਾ ਹੀ ਲੈ ਕੇ ਆਓ ਠੀਕ ਆ ਉਹਨੂੰ ਪਤਲਾ ਹੀ ਕਰੋ ਉਹਦੇ ਰਿਜ਼ਲਟ ਸ਼ੋਅ ਕਰੋ ਲੋਕਾਂ ਨੂੰ ਵੀ ਮੈਂ ਕਰ ਸਕਦਾ ਠੀਕ ਆ ਤੇ ਉਹਦੇ ਤੋਂ ਇੱਕ ਟਰਾਂਸਫਰਮੇਸ਼ਨ ਤੇ ਤੁਹਾਨੂੰ ਘੱਟੋ ਘੱਟ 2-3 ਕਲਾਇੰਟ ਹੋਰ ਮਿਲਣਗੇ ਉਹਨਾਂ ਤੋਂ ਚਾਰਜ ਕਰੋ ਭਾਵੇਂ 3000 ਰੁਪਏ ਚਾਰਜ ਕਰੋ ਮਹੀਨੇ ਦਾ ਭਾਵੇਂ 5000 ਰੁਪਏ ਚਾਰਜ ਕਰੋ ਮਹੀਨੇ ਦਾ ਬਟ ਚਾਰਜ ਕਰੋ ਠੀਕ ਆ ਤਿੰਨ ਕਲਾਇੰਟ ਆ ਗਏ ਤਿੰਨ 3000 ਰੁਪਏ ਚਾਰਜ ਕਰਦੇ ਹਾਂ 10000 ਰੁਪਏ ਮਹੀਨੇ ਦਾ ਤੁਸੀਂ ਕਮਾਣ ਲੱਗ ਗਏ ਲਾਈਕ ਮੈਂ ਮਹੀਨੇ ਦਾ ਉਦੋਂ 2019 'ਚ 20-25000 ਰੁਪਏ ਕਮਾਣ ਲੱਗਿਆ ਸੀਗਾ ਆਰਾਮ ਨਾਲ ਠੀਕ ਆ ਰੈਕਰਿੰਗ ਕਲਾਇੰਟ ਸੀਗੇ ਮਤਲਬ ਵੀ ਜਿਹੜੇ ਮੇਰੇ ਕੋਲ 3-4 ਮਹੀਨੇ ਲਗਾਤਾਰ ਚੱਲ ਰਹੇ ਸੀਗੇ ਤਾਂ ਤਿੰਨ 3000 ਰੁ 4-5 ਮਹੀਨੇ ਚ ਭਾਵੇਂ 3 ਕਿ ਮਹੀਨੇ ਚ ਲੱਖ ਰੁਪਏ ਦੇ ਨੇੜੇ ਲੱਗ ਗਿਆ ਸੀਗਾ ਵੀ ਇੰਨਾ ਕੁ ਪੈਸੇ ਮੈਂ ਕਮਾਣ ਲੱਗ ਗਿਆ ਸੀਗਾ ਬਟ ਫਿਰ ਮੇਰੇ ਅੰਦਰ ਵਾਲਾ ਉਹ ਕੀੜਾ ਜਿਹਾ ਜਾਗ ਗਿਆ ਯਾਰ ਬਹੁਤ ਪੈਸਾ ਕਮਾਉਣਾ ਬਹੁਤ ਜ਼ਿਆਦਾ ਕਮਾਣਾ ਇਹ ਚੀਜ਼ ਤੋਂ ਨਹੀਂ ਹੋ ਰਿਹਾ ਫਿਰ ਮੈਂ ਉਹ ਚੀਜ਼ ਛੱਡ ਪਈ ਤੇ ਉਹ ਮੇਰੀ ਗਲਤੀ ਸੀ ਕਿ ਮੈਂ ਛੱਡਣੀ ਨਹੀਂ ਚਾਹੀਦੀ ਸੀ ਬਟ ਉਹੀ ਹੁੰਦਾ ਨਾ ਜੋ ਹੋਣਾ ਮਤਲਬ ਵੀ ਜੋ ਲਿਖਿਆ ਹੋਇਆ ਹੁੰਦਾ ਡੈਸਟੀਨੀ ਹੁੰਦੀ ਆ ਕੁਛ ਨਾ ਕੁਛ ਬਟ ਉਹ ਡੈਸਟੀਨੀ ਨੂੰ ਟਰੂ ਕਰਨ ਵਾਸਤੇ ਆਪਾਂ ਨੂੰ ਸਟੈਪ ਲੈਣਾ ਪੈਣਾ ਤਾਂ ਉਹੀ ਆ ਯਾਰ ਆਪਣੀ ਤਾਂ ਬਹੁਤ ਘੱਟ ਨੋਲੇਜ ਵਾਲੇ ਬੰਦੇ ਜ਼ਿੰਦਗੀ ਚ ਉਹ ਸਭ ਚੀਜ਼ਾਂ ਕਰ بس ਉਹਨਾਂ 'ਚ ਹੌਸਲਾ ਸਟਾਰਟ ਕਰੰਦਾ ਤੁਸੀਂ YouTube ਤੋਂ ਪੈਸੇ ਕਮਾਉਣਾ ਚਾਹੁੰਦੇ ਹੋ ਕੋਈ ਲੱਲੂ ਜਾਂ ਬੰਦਾ ਕਮਾ ਰਿਹਾ ਹੋਣਾ ਲੱਖਾਂ ਕਰੋੜਾਂ ਰੁਪਏ ਕਮਾ ਰਿਹਾ ਹੋਣਾ ਠੀਕ ਆ ਤੇ ਆਪਾਂ ਉਹਨੂੰ ਦੇਖ ਕੇ ਐਨ ਵੀ ਕਰੀ ਜਾਂਦੇ ਆ ਉਹ ਤੇ ਚੈਲੰਜ ਹੋਈ ਜਾਂਦੇ ਆ ਕਿ ਕਮਾ ਰਿਹਾ ਮੈਂ ਵੀ ਕਮਾਣੇ ਨੇ ਬਟ ਆਪਾਂ ਸਟਾਰਟ ਕਰਦੇ ਕਰ ਦੇਣੀ ਹੈਗੇ ਉਹਨੇ ਸਟਾਰਟ ਕਰ ਲਿਆ ਉਹ ਅੱਗੇ ਪਹੁੰਚ ਗਿਆ ਉਹ ਕਮਾ ਰਿਹਾ ਆ ਆਪਾਂ ਜੇ ਸਟਾਰਟ ਕਰਾਂਗੇ ਆਪਾਂ ਵੀ ਅੱਗੇ ਪਹੁੰਚ ਜਾਗੇ ਆਪਾਂ ਵੀ ਕਮਾਣ ਲੱਗ ਜਾਗੇ ਠੀਕ ਆ ਆਪਣੇ ਆਪ 'ਚ ਬਲੀਵ ਕਰੋ ਆਪਣੇ ਆਪ ਨੂੰ ਇਹ ਕਰੋ ਵੀਰ ਬਸ ਸਟਾਰਟ ਕਰਨਾ ਸਫਰ ਚ ਸਿੱਖ ਲਾਂਗੇ ਜੇ ਤੁਸੀਂ ਸੋਚੋਗੇ ਨਾ ਸਭ ਕੁਝ ਸਿੱਖ ਕੇ ਫਿਰ ਮੈਂ ਸਟਾਰਟ ਕਰੂੰਗਾ ਫਿਰ ਕੁਝ ਨਹੀਂ ਹੋਣਾ ਹੈਗਾ ਜ਼ਿੰਦਗੀ ਚ ਸਟਾਰਟ ਕਰੋ ਰਾਸਤੇ ਚ ਸਿੱਖੋ ਕਮਾਂਦੇ ਚਲੇ ਜਾਓ ਫਿਰ ਆਪਣਾ ਰੇਟ ਵਧਾਉਂਦੇ ਚਲੇ ਜਾਓ ਸਰਵਿਸਿਸ ਪ੍ਰੋਵਾਈਡ ਕਰੋ ਹੋਰ ਚੀਜ਼ਾਂ ਕਰੋ ਮਤਲਬ ਜੋ ਵੀ ਤੁਸੀਂ ਜ਼ਿੰਦਗੀ ਚ ਕਰਨਾ ਚਾਹੁੰਦੇ ਹੋ ਨਾ ਬਸ ਇਹ ਸੋਚ ਕੇ ਚੱਲੋ ਵੀ ਥੋਡੇ ਤੋਂ ਬਹੁਤ ਘੱਟ ਇੰਟੈਲੀਜੈਂਟ ਬੰਦਾ ਉਹ ਚੀਜ਼ਾਂ ਕਰ ਰਿਹਾ ਜਿਹੜੀਆਂ ਤੁਸੀਂ ਕਰਨਾ ਚਾਹੁੰਦੇ ਹੋ ਤੇ ਤੁਸੀਂ ਵੀ ਕਰ ਸਕਦੇ ਹੋ ਲੈਕ ਕੁਈ ਐਸਾ ਉਹ ਨਹੀਂ ਹੈਗਾ ਵੀ ਉਹ ਕਰ ਗਿਆ ਤੇ ਤੁਸੀਂ ਕਰ ਨਹੀਂ ਸਕਦੇ ਆ ਪਤਾ ਯਾਰ ਉਹ ਤੋਂ ਜ਼ਿਆਦਾ ਇੰਟੈਲੀਜੈਂਟ ਆ ਇੰਟੈਲੀਜੈਂਟ ਹੋਣਾ ਨਾ ਇੱਕ ਕਰਸ ਹੁੰਦਾ ਇੱਕ ਸ਼ਰਾਪ ਹੁੰਦਾ ਇੰਟੈਲੀਜੈਂਟ ਬੰਦੇ ਨੂੰ ਪਤਾ ਹੁੰਦਾ ਵੀ ਮੈਨੂੰ ਸਭ ਕੁਝ ਨਹੀਂ ਆਉਂਦਾ ਠੀਕ ਆ ਤਾਂ ਉਹ ਵੇਟ ਕਰੀ ਜਾਂਦਾ ਵੀ ਜਦ ਮੈਨੂੰ ਸਭ ਕੁਝ ਆਊਗਾ ਮੈਂ ਫੇਰ ਸਟਾਰਟ ਕਰੂੰਗਾ ਜਿਹੜਾ ਘੱਟ ਇੰਟੈਲੀਜੈਂਟ ਬੰਦਾ ਹੁੰਦਾ ਯਾਨੀ ਉਹ ਵੈਸੀ ਕਹ ਲੋ ਬੇਫੂਫ ਕਹ ਲੈ ਉਸੇ ਠੀਕ ਆ ਜਿਹੜਾ ਬੇਫੂਫ ਬੰਦਾ ਹੁੰਦਾ ਨਾ ਉਹਨੂੰ ਲੱਗਦਾ ਮੈਨੂੰ ਸਭ ਕੁਝ ਆਂਦਾ ਹੈ ਤੇ ਉਹ ਹੋਏ ਵਹਿਮ ਚ ਜੀਰੇ ਹੁੰਦਾ ਮੈਨੂੰ ਸਭ ਕੁਝ ਆਂਦਾ ਤੇ ਉਹ ਸਟਾਰਟ ਕਰ ਦਿੰਦਾ ਤੇ ਉਹਨੂੰ ਜਿਹੜਾ ਕੁਝ ਨਹੀਂ ਆਂਦਾ ਉਹ ਰਾਸਤੇ 'ਚ ਸਿੱਖਦਾ ਚੱਲੇ ਜਾਂਦਾ ਤਾਂ ਉਹ ਆਪਣੇ ਤੋਂ ਬਹੁਤ ਅੱਗੇ ਨਿਕਲ ਜਾਂਦਾ ਇੰਟੈਲੀਜੈਂਟ ਬੰਦੇ ਤੁਸੀਂ ਦੇਖੋਗੇ ਕਲਾਸ 'ਚ ਜਿਹੜੇ ਟਾਪਰ ਹੋਣਗੇ ਹੋਰ ਹੋਣਗੇ ਉਹ ਐਨੀ ਤਰੱਕੀ ਨਹੀਂ ਕਰਦੇ ਜ਼ਿੰਦਗੀ 'ਚ ਹਨਾ ਜਿਹੜੇ ਮਤਲਬ ਵੀ ਮਿਡਲ ਜਿਹੇ ਵਾਲੇ ਹੁੰਦੇ ਨੇ ਜਾਂ ਬੈਕ ਵੈਂਚਰ ਹੁੰਦੇ ਨੇ ਹੋਰ ਹੁੰਦੇ ਨੇ ਉਹ ਬਹੁਤ ਕੁਝ ਨਿਕਲ ਕੇ ਆਉਂਦੇ ਨੇ ਅੱਗੇ ਹਨਾ ਬਹੁਤ ਡਿਫਰੈਂਟ ਚੀਜ਼ਾਂ ਕਰਦੇ ਨੇ ਹੋਰ ਕਰਦੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਆਪ ਤੇ ਇੰਨਾ-ਇੰਨਾ ਵਿਸ਼ਵਾਸ ਹੁੰਦਾ ਨਾ ਯਾਰ ਵੀ ਮਿੰਦੂ ਸਭ ਕੁਝ ਆਂਦਾ ਠੀਕ ਆ ਮੈਂ ਕਰ ਲੂੰਗਾ ਤੇ ਉਹ ਕਰ ਵੀ ਲੈਂਦੇ ਨੇ ਰਿਸਕ ਟੇਕਰ ਹੁੰਦੇ ਨੇ ਟਾਪਰ ਵਿਚਾਰਾ ਸਟਾਰਟਿੰਗ ਤੋਂ ਉਹਨੂੰ ਆਏ ਹੁੰਦਾ ਵੀ ਇਹ ਬਹੁਤ ਕੁਝ ਕਰੂਗਾ ਸਾਰੇ ਟੀਚਰ ਕਹਿੰਦੇ ਨੇ ਸਾਰੇ ਘਰ ਦੇ ਕਹਿੰਦੇ ਨੇ ਉਹ ਵਿਚਾਰਾ ਉਹ ਪ੍ਰੈਸ਼ਰ 'ਚ ਹੀ ਦਬ ਜਾਂਦਾ ਕਦੇ ਰਿਸਕ ਨਹੀਂ ਲੈ ਸਕਦਾ ਵੀ ਜੇ ਮੈਂ ਫੇਲ ਹੋ ਗਿਆ ਲੋਕੀ ਮਜ਼ਾਕ ਕਢਾਣਗੇ ਹੋਰ ਕਰਨਗੇ ਮਤਲਬ ਇਹ ਸਟਾਰਟ ਕਰ ਦੋ ਆਪਣੇ ਤੋਂ ਬਹੁਤ ਘੱਟ ਨੌਲੇਜ ਵਾਲੇ ਬੰਦੇ ਬਹੁਤ ਕੁਮਾਰੇ ਨੇ ਉਹ ਲਾਈਫ ਜੀ ਰੇ ਨੇ ਜਿਹੜੀ ਆਪਾਂ ਲਾਈਫ ਜੀਣਾ ਚਾਹੁੰਦੇ ਆ ਜਸਟ ਬਿਕੋਜ਼ ਉਹਨਾਂ ਨੂੰ ਲੱਗਦਾ ਵੀ ਉਹ ਕਰ ਸਕਦੇ ਨੇ ਤੇ ਉਹ ਕਰ ਰਹੇ ਨੇ ਤੇ ਆਪਾਂ ਨੂੰ ਆਪਣੇ ਆਪ ਤੇ ਡਾਊਟ ਹੁੰਦਾ ਆਪਾਂ ਨੂੰ ਹੁੰਦਾ ਵੀ ਯਾਰ ਮੈਂ ਨਹੀਂ ਕਰ ਸਕਦਾ ਯਾਰ ਹੁਣ ਮੈਂ ਇਹ ਵੀਡੀਓ ਬਣਾ ਰਿਹਾ ਠੀਕ ਆ ਤੁਹਾਨੂੰ ਸਿੰਪਲ ਜਿਹਾ ਐਗਜ਼ਾਮਪਲ ਦਿੰਦਾ ਮੇਰੀ ਵੀਡੀਓਸ ਤੇਨੇ ਵੀਊ ਨਹੀਂ ਆਉਂਦੇ ਹੈਗੇ ਠੀਕ ਆ ਮੈਨੂੰ ਵੀ ਪਤਾ ਮੇਰਾ ਕੰਟੈਂਟ ਇਹਦਾ ਵਧੀਆ ਨਹੀਂ ਹੈਗਾ ਹਲੇ ਠੀਕ ਆ ਬਟ ਮੈਂ ਹੱਥ 'ਚ ਫੋਨ ਫੜਿਆ ਹੋਇਆ ਸਟੈਂਡ 'ਆ ਫੋਨ 'ਆ ਵੀਡੀਓ ਬਣਾ ਰਿਹਾ 10 ਮਿੰਟ ਦੀ ਵੀਡੀਓ ਬਣਾਉਂਗਾ ਇਹ ਵੀਡੀਓ ਨੇ ਮੈਨੂੰ ਘੱਟੋ ਘੱਟ ਮਤਲਬ ਵੀ ਤੁਸੀਂ ਲਾ ਲਓ ਪੂਰੀ ਲਾਈਫ 'ਚ 500000 ਰੁਪਏ ਕਮਾ ਕੇ ਦੇ ਦਊਗੀ ਠੀਕ ਆ 10 ਮਿੰਟ ਲਗਾਉਣ ਨਾਲ 1000 ਰੁਪਏ ਬਣ ਰਿਹਾ ਜ਼ਿੰਦਗੀ 'ਚ ਕੀ ਮੜਾ ਮਤਲਬ ਵੀ YouTube ਐਡੀ ਤਕੜੀ ਚੀਜ਼ ਆ ਨਾ ਵੀ ਤੁਸੀਂ ਇੱਕ ਵਾਰ ਵੀਡੀਓ ਬਣਾ ਦੋ ਅਪਲੋਡ ਕਰ ਦਿਓ ਜਦ ਤੱਕ ਉਹ ਵੀਡੀਓ ਤੇ ਵਿਊ ਆਈ ਜਾਣਗੇ ਕਮਾਈ ਹੁੰਦੀ ਰਹੂਗੀ ਐਡੀ ਤਕੜੀ ਚੀਜ਼ ਆ YouTube ਤੇ ਮੈਨੂੰ ਪਤਾ 90% ਲੋਕੇ ਇੱਚ ਕਰਨਾ ਚਾਹੁੰਦੇ ਨੇ ਤੇ ਹਰ ਬੰਦਾ ਨਹੀਂ ਕਾਮਯਾਬ ਹੁੰਦਾ ਬਟ ਆਪਾਂ ਕੁਝ ਨਵਾਂ ਟਰਾਈ ਕਰਦੇ ਹਾਂ ਆਪਾਨੂੰ ਹਰ ਚੀਜ਼ ਚ ਸਿੱਖਣ ਨੂੰ ਮਿਲਦਾ ਠੀਕ ਆ ਮੈਂ ਫਿਟਨੈਸ ਵਾਲਾ ਸਟਾਰਟ ਕੀਤਾ ਸੀਗਾ ਨਹੀਂ ਕਾਮਯਾਬ ਹੋਇਆ ਬਟ ਮੇਰੀ ਚਿੱਜ ਕਿਸੇ ਕੀ ਜਿਹੜੀ ਕੈਮਰੇ ਅੱਗੇ ਬੋਲਣ ਦੀ ਉਹ ਦੂਰ ਹੋਈ ਠੀਕ ਆ ਵੀਡੀਓ ਬਣਾਉਣੀਆਂ ਆਈਆਂ ਹੋਰ ਚੀਜ਼ਾਂ ਆਈਆਂ ਤਾਂ ਉਹੀ ਆ ਵੀ ਬਹੁਤ ਲੋਕਾਂ ਦਾ ਜੀ ਕਰਦਾ ਵੀ ਮੈਂ ਆਪਣਾ YouTube ਚੈਨਲ ਬਣਾਵਾਂ ਮੈਨੂੰ ਨੌਲੇਜ ਹੈਗੀ ਹੈ ਮੈਂ ਦੱਸੂਗਾ ਲੋਕਾਂ ਨੂੰ ਇਹ ਦੱਸੂਗਾ ਉਹ ਦੱਸੂਗਾ ਬਟ ਕੋਈ ਸਟਾਰਟ ਨਹੀਂ ਕਰਦਾ ਜਿਹੜਾ ਸਟਾਰਟ ਕਰ ਦਿੰਦਾ ਉਹ ਬਹੁਤ ਛੇਤੀ ਗਿਵ ਅਪ ਕਰ ਦਿੰਦਾ ਸਟਾਰਟ ਕਰੋ ਇੱਕ ਕੰਮ ਨੂੰ 2-3 ਸਾਲ ਦਿਓ ਆਰਾਮ ਨਾਲ ਇੰਪਰੂਵ ਕਰੋ ਵਧੀਆ ਤਰੀਕੇ ਨਾਲ ਕਰੋ ਮੈਨੂੰ ਪਤਾ ਮੈਂ ਕੋਈ ਜਿਹਾ ਕੰਟੈਂਟ ਬਣਾਉਣਾ ਹੌਲੀ-ਹੌਲੀ ਠੀਕ ਹੈ ਮੈਂ ਡੇਰੀ ਫਾਰਮ ਦੀ ਵਲੋਗਿੰਗ ਕਰਿਆ ਕਰੂੰਗਾ ਹੌਲੀ-ਹੌਲੀ ਨਾ ਵੀ ਜਾ ਡੇਰੀ ਫਾਰਮ ਆਪਣੀ ਕੰਸਟਰਕਸ਼ਨ ਵੇਅਰ ਸਟਾਰਟ ਹੋ ਗਈ ਥੋੜਾ ਹੋਰ ਵਧੀਆ ਪੜਨ ਲੱਗ ਗਿਆ ਹੋਰ ਚੀਜ਼ਾਂ ਹੋਣ ਲੱਗ ਗਈਆਂ ਰੋਜ਼ ਕੁਝ ਨਵਾਂ ਹੋ ਰਿਹਾ ਹੋਊਗਾ ਉਦੋਂ ਕੰਟੈਂਟ ਉਹਦਾ ਇੰਟਰਸਟਿੰਗ ਬਣੂਗਾ ਠੀਕ ਹੈ ਹਲੇ ਉਹਦੇ ਵਲੌਗ ਇੰਨੇ ਇੰਟਰਸਟਿੰਗ ਨਹੀਂ ਹੋਣਗੇ ਕਿਉਂਕਿ ਕੁਝ ਨਵਾਂ ਹੀ ਨਹੀਂ ਹੋ ਰਿਹਾ ਹੈਗਾ ਡੇਲੀ ਉਹੀ ਰੁਟੀਨ ਦਾ ਡੇਲੀ ਉਹੀ ਰੁਟੀਨ ਦਾ ਤਾਂ ਉਹ ਇੰਨਾ ਇੰਟਰਸਟਿੰਗ ਨਹੀਂ ਹੈਗਾ ਮੈਨੂੰ ਪਤਾ ਜਦ ਮੈਂ ਉਹ ਬਣਾਉਣ ਲੱਗੇ ਮੇਰੇ ਵਿਊ ਜ਼ਿਆਦਾ ਆਉਣ ਲੱਗ ਜਾਣਗੇ ਵਿਊ ਜ਼ਿਆਦਾ ਆਉਣ ਲੱਗ ਜਾਣਗੇ ਤਾਂ ਕਮਾਈ ਜ਼ਿਆਦਾ ਹੋਣ ਲੱਗ ਜੂਗੀ ਤਾਂ ਉਹ ਕੈਂਡ ਹੋ ਜਾਊਗਾ ਠੀਕ ਹੈ ਤਾਂ ਉਹੀ ਆ ਵੀਰ ਸਟਾਰ ਠੀਕ ਹੈ ਜਿਹਨੇ ਸਟਾਰਟ ਕੀਤਾ ਉਹੀ ਮਤਲਬ ਫਿਨਿਸ਼ ਲਾਈਨ ਤੱਕ ਪਹੁੰਚ ਸਕਦਾ ਜਿਹੜਾ ਸਟਾਰਟਿੰਗ ਤੇ ਬੈਠਾ ਸੋਚਦਾ ਰਿਹਾ ਵੀ ਜਦ ਮੈਂ ਪੂਰਾ ਪਰਫੈਕਟ ਬਣ ਗਿਆ ਫਿਰ ਮੈਂ ਭੱਜਣਾ ਸਟਾਰਟ ਕਰੂੰਗਾ ਉਹ ਕਦੇ ਨਹੀਂ ਪਹੁੰਚੂਗਾ ਤਾਂ ਉਹੀ ਹੈ ਮਤਲਬ ਵੀ ਕਰੋ ਯਾਰ ਕੁਝ ਕਰੀਏ ਹਨਾ ਜ਼ਿੰਦਗੀ 'ਚ ਤਾਂ ਇਹ ਆਪਣੀ ਅੱਜ ਦੀ ਵੀਡੀਓ ਸੀ ਵਧੀਆ ਲੱਗੀ ਲਾਈਕ ਕਰਦੇ ਸ਼ੇਅਰ ਕਰਦੇ ਹੋ ਤੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਸੋ ਮੱਚ ਜੀ ਕੋਈ ਕੁਐਸਚਨ ਹੋਵੇ ਕਮੈਂਟਸ 'ਚ ਪੁੱਛ ਲਿਓ ਥੈਂਕ ਯੂ ਵੀਡੀਓ ਦੇਖਣ ਵਾਸਤੇ